ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਤੁਸੀਂ ਦੇਖ ਰਹੇ ਹੋ ਤੁਹਾਡਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਤੇ ਨਾਲ ਹੀ ਬੈਲ ਦੇ ਬਟਨ ਦਬਾਓ ਕਿ ਅੱਛੀ ਔਰ ਖੂਬਸੂਰਤ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਦੋਸਤਾਂ ਦੇ ਵੀਰਾਂ ਦੀ ਘਰ ਪਹੁੰਚੇ ਔਰ ਤੁਸੀਂ ਦੇਖੋ। ਸਭ ਤੋਂ ਪਹਿਲੇ ਦੋਸਤੋ, ਅੱਜ ਆਪਣੇ ਵੀਰਾਂ ਤੇ ਦੋਸਤਾਂ ਵਾਸਤੇ ਦੋ ਨੀਲੀ ਦੀਆਂ ਚੋਟੀਆਂ ਦੀ ਵੀਡੀਓ ਲੈ ਕੇ ਹਾਜ਼ਰ ਹਾਂ। ਮਾਸ਼ਾਅੱਲਾ, ਪਹਿਲਾ ਸੁਆ ਦੋਵਾਂ ਨੇ ਡਿਲੀਵਰ ਕੀਤਾ ਹੈ ਔਰ ਮਾਸ਼ਾਅੱਲਾ ਦੁੱਧ ਵੀ ਭਾਈ ਤੋਂ ਪੁੱਛਾਂਗੇ, ਸਾਰੀ ਗੱਲਬਾਤ ਭਾਈ ਦੇ ਨਾਲ ਹੋਵੇਗੀ। ਤੁਸੀਂ ਜਾਨਵਰ ਦੇਖੋ ਔਰ ਮਾਸ਼ਾਅੱਲਾ ਕੈਮਰਾਮੈਨ ਸਭ ਜਾਨਵਰ ਦਿਖਾਓ ਔਰ ਮਾਸ਼ਾਅੱਲਾ ਦੋਵੇਂ ਮਾਸ਼ਾਅੱਲਾ ਪਹਿਲਣਾ ਨੇ ਔਰ ਮਾਸ਼ਾਅੱਲਾ ਸੋਹਣੇ ਮਾਸ਼ਾਅੱਲਾ ਜਾਨਵਰ ਨੇ ਔਰ ਅੱਲਾ ਦੇ ਫਜ਼ਲ ਨਾਲ ਮੇਰੇ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ ਨੇ ਪਿਓਰ ਨੀਲੀ ਦੀਆਂ ਚੋਟੀਆਂ ਨੇ, ਬਰੀਕ ਚੋਟੀਆਂ ਨੇ ਔਰ ਨਸਲਾਂ ਜ਼ਾਤਾਂ ਮੇਰੇ ਦੋਸਤਾਂ ਦੇ ਸਾਹਮਣੇ। ਜਿਹੜੀ ਪੂਛ ਹੈ ਉਹ ਧਾਗੇ ਵਾਂਗੂ ਬਰੀਕ ਮਾਸ਼ਾਅੱਲਾ ਮੇਰੇ ਵੀਰ ਦੇਖ ਸਕਦੇ ਨੇ ਔਰ ਨੀਲੀ ਦੇ ਬਟਨ ਛੱਟਣ ਵੀ ਮਾਸ਼ਾਅੱਲਾ ਚੋਟੀਆਂ ਨੂੰ ਲੱਗੇ ਹੋਏ ਨੇ ਔਰ ਮਾਸ਼ਾਅੱਲਾ ਪਹਿਲਣਾ ਨੇ ਦੋਨੇ ਔਰ ਮਾਸ਼ਾਅੱਲਾ ਬਰੀਕ ਚਮੜੀ ਦੇ ਵਿੱਚ ਔਰ ਮਾਸ਼ਾਅੱਲਾ ਅੱਛੀ ਨਸਲ ਜ਼ਾਤ ਔਰ ਦੋਸਤਾਂ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ ਕੋਈ ਵੀਰਾਂ ਭਰਾਵਾਂ ਦੀ ਨਜ਼ਰ ਤੋਂ ਚੀਜ਼ ਓਝਲ ਨਹੀਂ ਹੈ ਔਰ ਮਾਸ਼ਾਅੱਲਾ ਬਾਕੀ ਲੈਣਾ ਦੇਣਾ ਮੁਕੱਦਰ ਹੈ, ਨਸੀਬ ਹੈ। ਇਹ ਪਹਿਲੇ ਨੰਬਰ ਵਾਲਾ ਮਾਸ਼ਾਅੱਲਾ ਜਾਨਵਰ ਭਾਈਜਾਨ ਛੱਡ ਕੇ ਦਿਖਾਇਆ ਜੋ ਗੁਜਰ ਸਾਹਿਬ ਔਰ ਮਾਸ਼ਾਅੱਲਾ ਵੈੜ ਛੋਟੀ ਮਾਸ਼ਾਅੱਲਾ ਜੀ ਛੋਟੀਆਂ ਮੇਰੇ ਵੀਰਾਂ ਦੇ ਸਾਹਮਣੇ ਇੱਕ ਅੱਡੀ ਦੀ ਔਰ ਮਾਸ਼ਾਅੱਲਾ ਛੋਟੀ ਬੜੀ ਪਿਆਰੀ ਅੱਛੀ ਨਸਲ ਜ਼ਾਤ ਦੀ ਹੈ। ਮੇਰੇ ਦੋਸਤ ਵੀਰ ਦੇਖ ਸਕਦੇ ਨੇ ਔਰ ਨਸਲ ਜ਼ਾਤਾਂ ਮੇਰੇ ਵੀਰ ਬਿਹਤਰ ਜਾਣਦੇ ਨੇ ਔਰ ਮਾਸ਼ਾਅੱਲਾ ਛੋਟੀ ਬੜੀ ਹੀ ਪਿਆਰੀ ਹੈ ਔਰ ਪਹਿਲਾ ਸੁਆ ਛੋਟੀ ਨੇ ਡਿਲੀਵਰ ਕੀਤਾ ਹੈ ਔਰ ਪਹਿਲਣੇ ਮਾਸ਼ਾਅੱਲਾ ਔਰ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ ਮਾਸ਼ਾਅੱਲਾ ਚਾਲ ਢਾਲ ਮਾਸ਼ਾਅੱਲਾ ਮੇਰੇ ਵੀਰ ਦੇਖ ਸਕਦੇ ਨੇ ਬਰੀਕ ਤੋਣ ਔਰ ਮਾਸ਼ਾਅੱਲਾ ਕਮਾਲ ਦੀ ਮਾਸ਼ਾਅੱਲਾ ਚੋਟੀ ਹੈ, ਬਰੀਕ ਚਮੜੀ ਦੀ ਹੈ, ਕਾਗਜ਼ ਵਾਂਗੂ ਮਾਸ਼ਾਅੱਲਾ ਚੋਟੀ ਦੀ ਚਮੜੀ ਮੇਰੇ ਵੀਰ ਦੇਖ ਸਕਦੇ ਨੇ ਔਰ ਮਾਸ਼ਾਅੱਲਾ ਖੂਬਸੂਰਤ ਮਾਸ਼ਾਅੱਲਾ ਚੋਟੀ ਹੈ ਔਰ ਦੋਸਤਾਂ ਵੀਰਾਂ ਦੇ ਸਾਹਮਣੇ ਛੋਟੀ ਜੀ ਸੂ ਔਰ ਮਾਸ਼ਾਅੱਲਾ ਜਾਨਵਰ ਬਿਹਤਰੀਨ ਅੱਛਾ ਅਤੇ ਖੂਬਸੂਰਤ ਹੈ। ਇਹ ਆਪਣਾ ਦੂਸਰੇ ਨੰਬਰ ਵਾਲੀ ਚੋਟੀ ਭਾਈਆਂ ਛੱਡ ਕੇ ਤੋਰਿਆ ਜੋ ਮਾਸ਼ਾਅੱਲਾ ਜੀ, ਇਹ ਵੀ ਧਾਗੇ ਵਾਂਗੂ ਬਰੀਕ ਮਾਸ਼ਾਅੱਲਾ ਪੂਛਲ ਹੈ ਔਰ ਮਾਸ਼ਾਅੱਲਾ ਇਹ ਕੱਢੀ ਦੀ ਹੈ ਔਰ ਬਰੀਕ ਚੋਟੀ ਹੈ ਔਰ ਬਰੀਕ ਬੂਥੀ ਔਰ ਸੋਹਣਾ ਮਾਸ਼ਾਅੱਲਾ ਸਿੰਘ ਸੁੰਘ ਔਰ ਸੋਹਣਾ ਮਾਸ਼ਾਅੱਲਾ ਸ਼ਕਲ ਸੂਰਤ ਮਾਸ਼ਾਅੱਲਾ ਚਿੱਟੀਆਂ ਸਫੈਦ ਅੱਖਾਂ ਔਰ ਮਾਸ਼ਾਅੱਲਾ ਧੋਣ ਮਾਸ਼ਾਅੱਲਾ ਬੜੀ ਲੰਮੀ ਔਰ ਮਾਸ਼ਾਅੱਲਾ ਬਰੀਕ ਚੋਟੀ ਨਸਲ ਜ਼ਾਤ ਮਾਸ਼ਾਅੱਲਾ ਚੋਟੀ ਦੀ ਮੇਰੇ ਵੀਰਾਂ ਦੇ ਸਾਹਮਣੇ ਔਰ ਥਾਣੇ ਮਾਸ਼ਾਅੱਲਾ ਪੂਰਾ ਮੁੱਠ ਮੁੜਦਾ ਔਰ ਮਾਸ਼ਾਅੱਲਾ ਪਹਿਲਾਂ ਚੋਟੀ ਹੈ ਔਰ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ ਮਾਸ਼ਾਅੱਲਾ ਦੋਸਤੋ ਚਿੱਟੀਆਂ ਸਫੈਦ ਅੱਖਾਂ ਜਿਵੇਂ ਬਲਮ ਮੱਚਦਾ ਇਸ ਤਰ੍ਹਾਂ ਦੀਆਂ ਅੱਖਾਂ ਨੇ ਚੋਟੀ ਦੀਆਂ, ਦੋਵੇਂ ਪਿੱਛੇ ਮਾਸ਼ਾਅੱਲਾ ਕੱਟੇ ਨੇ। ਇਹ ਦੂਸਰੀ ਦਾ ਕੱਟਾ ਨਾ ਜੀ, ਵੱਡੀ ਦਾ? ਅੱਛਾ ਜੀ, ਠੀਕ ਹੋ ਗਿਆ। ਇਹ ਇਹਦਾ ਕੱਟਾ ਮਾਸ਼ਾਅੱਲਾ ਚੋਟੀ ਦਾ ਜੀ ਔਰ ਮਾਸ਼ਾਅੱਲਾ ਪਹਿਲਾਂ ਕੋਈ ਮਾਸ਼ਾਅੱਲਾ ਤੁੰਨੀ ਕੋਈ ਨਹੀਂ, ਕੋਈ ਕੌੜੀ ਕੋਈ ਨਹੀਂ, ਮਾਸ਼ਾਅੱਲਾ ਦੋਨੋਂ ਚੋਟੀਆਂ ਮਾਸ਼ਾਅੱਲਾ ਕਮਾਲ ਦੀਆਂ। ਔਰ ਭਾਈ ਤੋਂ ਪੁੱਛਾਂਗੇ ਇਹਨਾਂ ਦਾ ਭਾਈਜਾਨ ਦੁੱਧ ਕਿੰਨਾ ਔਰ ਕੀ ਹਿਸਾਬ ਕਿਤਾਬ ਹੈ, ਕੀ ਗੱਲਾਂ ਬਾਤਾਂ ਨੇ, ਉਹ ਸਾਰੀਆਂ ਇਨਸ਼ਾਅੱਲਾ ਤਾਲਾ ਕੈਮਰੇ ਦੇ ਸਾਹਮਣੇ ਆਉਣਗੀਆਂ। ਚੋਟੀਆਂ ਦੇ ਕੱਦ ਦੋਵਾਂ ਦੇ ਬਰਾਬਰ ਨੇ ਮੇਰੇ ਵੀਰ, ਦੇਖ ਸਕਦੇ ਨੇ ਮਾਸ਼ਾਅੱਲਾ ਦੋਵੇਂ ਇੱਕੋ ਜਿਹੀਆਂ ਔਰ ਦੋਵੇਂ ਭੈਣਾਂ ਲੱਗਦੀਆਂ ਨੇ ਮਾਸ਼ਾਅੱਲਾ ਚੋਟੀਆਂ, ਦੋਵੇਂ ਮਾਸ਼ਾਅੱਲਾ ਖੂਬਸੂਰਤ ਨਸਲਾਂ ਜ਼ਾਤਾਂ ਵਾਲੀਆਂ ਨੇ ਮਾਸ਼ਾਅੱਲਾ ਮੇਰੇ ਦੋਸਤਾਂ ਵੀਰਾਂ ਦੇ ਸਾਹਮਣੇ ਨੇ ਮਾਸ਼ਾਅੱਲਾ ਜੀ। ਔਰ ਮਾਸ਼ਾਅੱਲਾ ਗੁੱਜਰ ਸਾਹਿਬ ਕੋਲ ਖਲੋਤੀਆਂ ਨੇ ਘਰੇਲੂ ਚੋਟੀਆਂ ਨੇ ਔਰ ਇਨਸ਼ਾਅੱਲਾ ਤਾਲਾ ਇਹਨਾਂ ਦੀ ਹਰ ਤਰ੍ਹਾਂ ਦੀ ਡਿਟੇਲ ਜਿਹੜੀ ਉਹ ਗੁੱਜਰ ਸਾਹਿਬ ਤੋਂ ਲੈਂਦੇ ਹਾਂ ਔਰ ਜਾਨਵਰ ਮਾਸ਼ਾਅੱਲਾ ਥਣ ਥੁਣ ਦੇ ਖੂਬਸੂਰਤ ਨੇ ਔਰ ਮਾਸ਼ਾਅੱਲਾ ਇਹ ਦੇਖ ਲੈਣ ਚੋਟੀ ਦੇ ਮਾਸ਼ਾਅੱਲਾ ਥਣ ਪੂਰਾ ਮਾਸ਼ਾਅੱਲਾ ਮੁੱਠ ਮੁੱਠਦਾ ਔਰ ਰੁਕ ਰੁਕ ਦਾ ਥਣ ਹੈ ਮਾਸ਼ਾਅੱਲਾ ਚੋਟੀ ਦਾ ਔਰ ਚੋਟੀ ਨਸਲ ਜ਼ਾਤ ਵਾਲੀਆਂ ਨੇ, ਕਾਲੀ ਸ਼ਾਹ ਅੱਖਾਂ ਨੇ ਇਹ ਚੋਟੀ ਦੀਆਂ ਔਰ ਸਾਈਡਾਂ 'ਤੇ ਲਾਲ ਡੋਰੇ ਨੇ ਮੇਰੇ ਵੀ ਦੇਖ ਸਕਦੇ ਨੇ ਔਰ ਮਾਸ਼ਾਅੱਲਾ ਇਹ ਬਲੈਕ ਅੱਖਾਂ ਦੇ ਵਿੱਚ ਚੋਟੀ ਹੈ, ਆਹ ਮਾਸ਼ਾਅੱਲਾ ਵਾਈਟ ਬਲਬ ਵਾਂਗੂ ਵਾਚਣੀਆਂ ਨੇ, ਇਹਦੀਆਂ ਵੀ ਚੋਟੀ ਦੀਆਂ ਅੱਖਾਂ ਵੇਖ ਲੈਣੀਆਂ ਨੇ, ਇਹਦੀਆਂ ਦੋਵੇਂ ਬਲੈਕ ਨੇ ਔਰ ਮਾਸ਼ਾਅੱਲਾ ਚੋਟੀ ਇਹ ਵੀ ਪਹਿਲਾਂ ਨੇ ਔਰ ਮਾਸ਼ਾਅੱਲਾ ਛੱਜਾਂ ਛੱਜਾਂ ਜਿਹੜੇ ਕੰਨ ਔਰ ਮਾਸ਼ਾਅੱਲਾ ਬਰੀਕ ਚਮੜੀ ਔਰ ਮਾਸ਼ਾਅੱਲਾ ਛੋਟੀ ਜਿਹੀ ਵੱਖੀ ਔਰ ਕੋਈ ਧੁੰਨੀ ਕੌੜੀ ਕੋਈ ਨਹੀਂ ਔਰ ਮਾਸ਼ਾਅੱਲਾ ਥਣ ਜਿਹੜੇ ਨੇ ਮਾਸ਼ਾਅੱਲਾ ਚੋਟੀ ਦੇ ਚਾਰੇ ਮਾਸ਼ਾਅੱਲਾ ਬੜੇ ਬਰਾਬਰ ਖੂਬਸੂਰਤ ਔਰ ਮੁੱਠ ਮੁੱਠ ਦਾ ਥਣ ਹੈ ਮਾਸ਼ਾਅੱਲਾ ਚੋਟੀ ਨੂੰ। ਔਰ ਬਾਕੀ ਸਾਰੀ ਗੱਲਬਾਤ
ਭਾਈ ਨਾਲ ਕਰਨੇ ਆ, ਉਹਨਾਂ ਨੂੰ ਬੁਲਾਉਣੇ ਆ, ਗੁੱਜਰ ਸਾਹਿਬ ਨੂੰ ਉਹਨਾਂ ਨਾਲ ਸਾਰੀ ਗੱਲਬਾਤ ਕਰਨੀ। ਇੱਧਰ ਆ ਜਾਓ ਭਾਈ ਜੀ, ਅਸਲਾਮ ਵਾਲੇਕੁਮ, ਕੀ ਹਾਲ ਚਾਲ ਨੇ ਜੀ? ਅੱਲਾਹ ਦਾ ਤਬੀਤਾਂ ਸੇ ਤਾਂ ਠੀਕ ਨੇ ਭਾਈ ਜਾਨ? ਅਤੇ ਮਾਸ਼ਾਅੱਲਾ ਜੀ, ਦੋਨੇ ਚੋਟੀਆਂ ਆਪਣੀਆਂ ਪਹਿਲਣਾਂ ਨੇ ਮਾਸ਼ਾਅੱਲਾ ਜੀ, ਪਹਿਲਣਾ ਜੀ, ਠੀਕ ਹੋ। ਗੁੱਜਰ ਸਾਹਿਬ ਇਹ ਦੱਸੋ ਕਿ ਕਿੰਨੇ ਕਿੰਨੇ ਦਿਨਾਂ ਦੀਆਂ ਸੂਈਆਂ ਹੋਈਆਂ? ਇਹਨਾਂ ਨੂੰ ਜੀ ਛੇ ਸੱਤ ਦਿਨ ਹੋ ਗਏ, ਦਿਨ ਹੋ ਗਏ ਦੋਵਾਂ ਨੂੰ ਸੂਈਆਂ ਨੇ। ਅਤੇ ਗੁੱਜਰ ਸਾਹਿਬ ਇਹਨਾਂ ਕੋਲ ਆਦਰ ਟਾਈਮ ਜਿਹੜਾ ਆਪਾਂ ਦੁੱਧ ਆਪਾਂ ਗਰੰਟੀ ਵੀ ਵੀਰਾਂ ਭਰਾਵਾਂ ਨੂੰ ਦੇਈਏ ਅਤੇ ਕਿੰਨੇ ਦੀ ਦੇਈਏ ਕਿ ਕਿੰਨਾ ਕੁ ਦੁੱਧ ਇਹਨਾਂ ਥੱਲੇ ਹੈਗਾ ਜਿਹੜਾ ਆਪਾਂ ਮੌਕੇ 'ਤੇ ਚਵਾ ਸਕੀਏ? ਭਾਈ ਜੇ ਤਾਂ ਲਈ ਸਾਰੀਆਂ ਚੋਈਏ ਜੀ ਜੀ, ਇਹਨਾਂ ਥੱਲੇ 6-6 ਕਿਲੋ ਟਾਈਮ ਦਾ ਹੋ ਜਾਏਗਾ। ਅੱਛਾ, ਪਹਿਲਣਾ ਝੋਟੀਆਂ ਵਾ ਜੀ ਜੀ, ਜੇ ਅਗਰ ਮਸਾਲਾ ਕਿ ਬੱਚਿਆਂ ਨੂੰ ਦੇ ਕੇ ਵੀ ਇਹਨਾਂ ਕੋਲ ਨਾ ਜਿਹੜਾ 4.5 ਕਿਲੋ ਟਾਈਮ ਦਾ ਪਿਛਲੇ ਦੋ ਥਣਾਂ ਦਾ ਆਪਾਂ ਚਵਾ ਸਕਦੇ, ਦੋ ਟਾਈਮ ਜਿਹੜਾ ਬੰਦਾ ਮਰਜ਼ੀ। ਚਲੋ ਠੀਕ ਹੋ ਗਿਆ ਜੀ, ਇਹ ਮੈਂ ਦੁੱਧ ਦੀ ਗਰੰਟੀ ਦੇ ਸਕਦਾ ਕਿ ਇਹ ਚੋਟੀ ਇਹ ਦੋਵੇਂ ਇੱਕੋ ਜਿਹੇ ਦੁੱਧ ਦੇਦੀਆਂ ਨੇ? ਦੋਵੇਂ ਇੱਕੋ ਜਿਹੇ। ਇਹਨਾਂ ਕੋਲ ਫਾਈਨਲ ਦੁੱਧ ਕਿੰਨਾ ਦੱਸਿਆ ਜੀ? ਦੁੱਧ ਸਾਰਾ ਚੋਈਏ ਤੇ 12-12 ਤੇ ਬੱਚਨ ਛੱਡ ਕੇ ਤੇ 9-9 ਲੀਟਰ ਦੋ ਟਾਈਮਾਂ ਦੇ ਇਹਨਾਂ ਕੋਲ ਹੈਗਾ। ਠੀਕ ਹੋ ਗਿਆ ਜੀ, ਔਰ 5-7 ਦਿਨਾਂ ਦੀ ਸੂਈਆਂ ਹੋਈਆਂ। ਤੇ ਗੁੱਜਰ ਸਾਹਿਬ ਜਿਹੜਾ ਇਹਨਾਂ ਦਾ ਲੈ ਲੈਣਾ ਸੋਹਣਾ ਜਿਹਾ ਰੇਟ ਫਾਈਨਲ ਜਿਹਾ, ਕੀ ਇਹਨਾਂ ਦਾ ਪਿਆਰ ਮੁਹੱਬਤ ਵਾਲਾ ਗੁੱਜਰ ਸਾਹਿਬ ਰੇਟ ਉਹ ਦੱਸਣਾ ਜੀ? ਆਪਣਾ ਕੋਈ ਜ਼ਿਆਦਾ ਆਪਾਂ ਰੇਟ ਨਹੀਂ ਕਰਦੇ ਜਿਹੜੀ ਪਹਿਲੇ ਨੰਬਰ ਵਾਲੀ ਹੈ ਜੀ ਜੀ, ਉਹਦਾ ਹੈਗਾ ਦੋ ਪਹਿਲੇ ਨੰਬਰ ਵਾਲੀ ਜਾਨਵਰ ਦਿਖਾਓ ਜੀ, ਇਹ ਪਹਿਲੇ ਨੰਬਰ ਵਾਲਾ ਜੀ। ਅੱਛਾ ਜੀ, ਇਹਦਾ ਕੀ ਰੇਟ ਹੈ ਜੀ ਗੁੱਜਰ ਸਾਹਿਬ? 2,65,000 ਰੁਪਏ। 2,65,000 ਹੈ ਚੋਟੀ ਦੀ ਕੀਮਤ ਹੈ ਜੀ? ਠੀਕ ਹੋ ਗਿਆ ਜੀ ਗੁੱਜਰ ਸਾਹਿਬ, ਇਹਦੀ 2,65,000 ਇਹਦੀ ਕੀਮਤ ਹੋ ਗਈ। ਅਤੇ ਇਹਦੇ 'ਚ ਕੋਈ ਮੁਹੱਬਤ ਪਿਆਰ ਕੋਈ ਲਾਡ ਦੀਦ ਆਏਗਾ ਇਹਦੀ ਕਦਰ ਕਿਸੇ ਭੈਣ ਭਰਾ ਨਾਲ ਕਰ ਲਾਂਗੇ ਦੀਦ ਹੀ ਆ ਜੀ? ਠੀਕ ਹੋ ਗਿਆ। ਅਤੇ ਗੁੱਜਰ ਸਾਹਿਬ ਇਹ ਆਪਣੀ ਜਿਹੜੀ ਚੋਟੀ ਮਾਸ਼ਾਅੱਲਾ ਪਹਿਲਣ, ਇਹਦੇ ਕੋਲ ਵੀ ਇਸ ਟਾਈਮ ਮਾਸ਼ਾਅੱਲਾ 4.5 ਲੀਟਰ ਦੁੱਧ ਇਨਸ਼ਾਅੱਲਾ ਮੌਕੇ ਤੇ ਚਵਾਵਾਂ ਪਿਛਲੀ ਜੋੜੀ ਦਾ। ਅਤੇ ਇਹਦਾ ਕੀ ਫਾਈਨਲ ਜੇ ਪੈਸੇ ਨੇ ਜੀ? ਇਹਦੇ ਫਾਈਨਲ ਜੇ ਪੈਸੇ 2,55,000। 2,55,000 2,65,000 ਅਤੇ 2,55,000 ਠੀਕ ਹੋ ਗਿਆ ਜੀ। ਔਰ ਕੋਈ ਇੱਕ ਇੱਕ ਲਵੇ ਅਤੇ ਇਹਦੇ 'ਚ ਪਿਆਰ ਮੁਹੱਬਤ ਵੀ ਥੋੜ੍ਹਾ ਬਹੁਤਾ ਰੱਖਾਂਗੇ ਇਨਸ਼ਾਅੱਲਾ। ਠੀਕ ਹੋ ਗਿਆ ਜੀ ਮਾਸ਼ਾਅੱਲਾ ਜੀ, ਇਹਦਾ 2,65,000 ਰੁਪਈਆ ਗੁੱਜਰ ਸਾਹਿਬ ਨੇ ਦੱਸਿਆ, ਔਰ ਇਹਦਾ 2,55,000 ਹੈ। ਇਹ ਵੀ ਚੋਟੀ ਪਹਿਲਣ ਹੈ ਔਰ ਦੂਸਰੀ ਵੀ ਪਹਿਲਣ ਹੈ, ਔਰ ਮਾਸ਼ਾਅੱਲਾ ਦੋਨੇ ਚੋਟੀਆਂ ਪਹਿਲਣਾਂ ਨੇ, ਔਰ ਮਾਸ਼ਾਅੱਲਾ ਪਹਿਲਾਂ ਸੁਬਾਹ ਸੂਈਆਂ ਨੇ। ਅੱਜ ਇਹਨਾਂ ਸੂਈਆਂ ਨੂੰ 4-5 ਦਿਨ ਹੋ ਗਏ ਨੇ, ਔਰ ਮਾਸ਼ਾਅੱਲਾ ਦੁੱਧ ਜਿਹੜਾ ਚੋਟੀਆਂ ਕੋਲ ਇਸ ਟਾਈਮ 8-9 ਲੀਟਰ ਚਵਾਈ ਕਰਵਾ ਕੇ ਤਸੱਲੀ ਕਰਵਾ ਕੇ ਭਾਈ ਹੋਰੀ ਦੇਣਗੇ, ਔਰ ਬਾਕੀ ਲੈਣਾ ਦੇਣਾ ਮੁਕੱਦਰ ਹੈ, ਨਸੀਬ ਹੈ। ਅਗਰ ਦੋਸਤਾਂ ਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਉਂਦੀ ਹੈ, ਇਹਨੂੰ ਲਾਈਕ ਸ਼ੇਅਰ ਔਰ ਕਮੈਂਟ ਕਰਨਾ ਨਹੀਂ ਭੁੱਲਣਾ ਪਈ, ਆਪਣੀ ਸੋਚ ਦਾ ਜ਼ਰੂਰ ਇਜ਼ਹਾਰ ਕਰਨਾ। ਇਸ ਵੀਡੀਓ ਨਾਲ ਮੇਜ਼ਬਾਨ ਮੁਹੰਮਦ ਰਮਜ਼ਾਨ ਦਿਓ ਜਸਤ, ਅਗਲੀ ਵੀਡੀਓ ਨਾਲ ਤੁਹਾਨੂੰ ਮਿਲਾਂਗੇ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾ।